ਮੇਰਾ ਨਾਮ ਅਰੁਣ ਕੁਮਾਰ ਹੈ ਸਰ। ਕਿਹੜੀ ਜਗ੍ਹਾ ਤੋਂ ਆ ਰਹੇ ਸੀ? ਮੈਂ ਸਰ ਹਲਵਿਆਰੋਂ ਆ ਰਿਹਾ ਸੀ, ਗ੍ਰੀਨ ਐਵਨਿਊ ਵੱਲ ਚੱਲਿਆ ਸੀ, ਬੈਂਕ ਕੋਈ ਕੰਮ ਤੇ ਪੁੱਲ ਉਤਰਿਆ ਤੇ ਨਾਲ ਹੀ ਅੱਗੇ ਨੂੰ ਅੱਗ ਲੱਗ ਗਈ ਆ, ਪਰ ਮੌਕਾ ਹੀ ਨਹੀਂ ਦਿੱਤਾ, ਨਾ ਕੋਈ ਕਾਗਜ਼ ਨਹੀਂ ਦਿੱਤਾ ਸਕੇ, ਨਾ ਕੋਈ ਸਮਾਨ ਸਭ ਇੱਥੇ ਸੌ। ਪਤਾ ਲੱਗਾ ਕਿ ਹੋਇਆ ਕਿ ਅੱਗ ਲੱਗੀ ਕਿਵੇਂ? ਅੱਗ ਨਾ ਪਤਾ ਹੀ ਨਹੀਂ ਕੋਈ, ਚੱਲਦੇ ਧੂੰਆਂ ਹੀ ਨਿਕਲਿਆ ਬਸ, ਮਗਰ ਉਹ ਬੰਦਾ ਆ ਰਿਹਾ ਸੀ ਉਹਨੇ ਦੱਸਿਆ ਕਿ ਤੁਹਾਡੀ ਗੱਡੀ 'ਚ ਧੂੰਆਂ ਨਿਕਲਣ ਰਿਹਾ ਬਸ, ਧੁੱਖ ਵੇਚਦੇ ਵੇਚਦੇ ਅੱਗ ਫੈਲ ਗਈ। ਇੱਥੋਂ ਲੋਕਾਂ ਨੇ ਪਾਣੀ ਪੂਣੀ ਵੀ ਦਿੱਤਾ, ਪਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਕਾਬੂ ਆਇਆ। ਫਾਇਰ ਬ੍ਰਿਗੇਡ ਵਾਲਿਆਂ ਨੂੰ ਮੈਸੇਜ ਕਦੋਂ ਕੀਤਾ? ਫਾਇਰ ਬ੍ਰਿਗੇਡ ਵਾਲੇ ਕਿਸੇ ਨੇ ਮੈਸੇਜ ਕੀਤਾ ਸੀ, ਉਹ ਵੀ ਆ ਗਏ ਆ ਕੰਮ ਕਰਕੇ ਚਲੇ ਗਏ। ਗੱਡੀ ਆ ਗਈ? ਹਾਂਜੀ ਆ ਗਈ। ਜਾਨੀ ਨੁਕਸਾਨ ਹੋਇਆ? ਨਹੀਂ ਕੋਈ ਨਹੀਂ। ਐਕਟਿਵਾ 'ਚ ਕਿੰਨੇ ਲੋਕ ਸਵਾਰ ਸੀ? ਦੋ ਹੀ ਸੀ, ਮੈਂ ਤੇ ਮੇਰਾ ਬੇਟਾ ਸੀ। ਕੀ ਸਮਝਦੇ ਹੋ, ਗਰਮੀ ਨਾਲ ਲੱਗੀ ਕਿ ਲੀਕੇਜ ਦੀ ਕੋਈ ਕਾਰਨ ਸਮਝਿਆ? ਨਹੀਂ ਐ ਕੁਝ ਮੈਂ ਕਹਿ ਨਹੀਂ ਸਕਦਾ, ਗਰਮੀ ਵੀ ਹੋ ਸਕਦੀ, ਪਰ ਗਰਮੀ ਦਾ ਕਿਸ ਤਰ੍ਹਾਂ ਹੋ ਸਕਦੀ ਹੈ? ਜੇ ਗਰਮੀ ਪੈ ਰਹੀ ਉਸ ਲੱਗਦਾ ਉਹਦੇ ਨਾਲ ਲੱਗ ਗਈ। ਹਾਂ ਗਰਮੀ ਦੇ ਕਾਰਨ ਵੀ ਹੋ ਸਕਦੀ, ਕੋਈ ਇਹ ਜਿਹੀ ਗੱਲ ਨਹੀਂ। ਗੱਡੀ 'ਚ ਜਿਹੜੇ ਕਾਗਜ਼ ਆਰਸੀ ਲਾਇਸੈਂਸ ਸਭ ਕੁਝ ਸਵਾਹ ਹੋ ਗਿਆ, ਕਾਗਜ਼ ਕੁਗਜ਼ ਸਭ ਕੁਝ ਸਵਾਹ। ਇੰਸ਼ੋਰੈਂਸ ਐਕਟੀਵਿਟੀ ਦੀ? ਨਹੀਂ, ਇਹਦੀ ਥਰਡ ਪਾਰਟੀ ਇੰਸ਼ੋਰੈਂਸ। ਜਿਸ ਤਰੀਕੇ ਨਾਲ ਸੜਕ ਦੇ ਵਿਚਕਾਰ ਅੱਗ ਲੱਗੀ ਲੱਗਦਾ ਹੋਰ ਵੀ ਖਤਰਾ ਵੱਧ ਸਕਦਾ ਸੀ? ਵੱਧ ਸਕਦਾ ਹੀ ਵੱਧ ਵੱਧ ਨਹੀਂ ਸਕਦਾ। ਪਰ ਕੋਈ ਨੁਕਸਾਨ ਹੋਇਆ ਤਾਂ ਨਹੀਂ? ਕਿਸੇ ਦਾ ਨਹੀਂ। ਫਾਇਰ ਬ੍ਰਿਗੇਡ ਵਾਲੇ ਪਹੁੰਚੇ ਟਾਈਮ? ਹਾਂਜੀ ਟਾਈਮ ਸਿਰ ਪਹੁੰਚ ਗਏ।